ਕਿਹੜੀ ਚੀਜ਼ ਆ ਜੋ ਹੈਗੀ ਤੁਹਾਡੀ ਆ ਪਰ ਯੂਜ਼ ਬਾਕੀ ਲੋਕ ਕਰਦੇ ਆ ਮਨੇ ਅਕਲ ਤਾਂ ਨਹੀਂ ਕੱਪੜੇ ਕੌਣ ਯੂਜ਼ ਕਰਦਾ ਤੁਹਾਡਾ ਮੇਰੇ ਫਰੈਂਡ ਮੰਗ ਕੇ ਲੈ ਜਾਂਦੇ ਮੈਂ ਤੋਂ ਵਧੀਆ ਵਧੀਆ ਕੱਪੜੇ ਮੇਰਾ ਬਿਜ਼ਨਸ ਨਾ ਦਿਲ ਮੇਰਾ ਸਕੂਟਰ ਕਿਹੜੀ ਚੀਜ਼ ਆ ਜਿਹਦੇ ਆਉਣ ਤੇ ਲੋਕੀ ਤੁਹਾਨੂੰ ਥੁੱਕਣ ਨੂੰ ਕਹਿੰਦੇ ਆ ਜੇ ਮੈਂ ਨੈਚੀ ਕਿਸੇ ਨੂੰ ਦੇਖ ਲਵਾਂ सत श्री अकाल तुसीं देख रहे हो प्राइम एशिया टीवी मैं हाँ नीलम क्वीन प्राइम व्यूज़ प्रोग्राम शुरू हो चुका है तो जलंधर की मॉडल टाउन मार्केट जिथे रोज़ शाम को गेड़ियाँ लगदी उत्थे आ चुकी हैं तो आई क्यू क्वेश्चन पहला दे वांग ईजी वाले ले आई हैं देखते हैं कि इत्थे दे लोक जिहड़ा किन्नी जल्दी जवाब दिंदे आ मैनूं लगदा सीगा कि इत्थे दी जिहड़ी मार्केट आ लोकी घट बोलणगे देखते हैं कि किन्ना बोलण दे विच लोकां च कॉन्फिडेंस जिहा हैगा आ जाओ सत श्री अकाल जी सत श्री अकाल जी सत श्री अकाल किदां जी ठीक हो बहुत वधिया जी बहुत वधिया ਉਹਨਾਂ ਦੇ ਮੈਂ ਕਿਹਾ ਬਾਰੋ ਬਾਰੀ ਹਾਲ ਚਾਲ ਪੁੱਛਦੀ ਆ ਇੱਧਰ ਕੀ ਕਰ ਰਹੇ ਹੋ ਬਸ ਗੇੜੀ ਮਾਰਨ ਆਏ ਕਾਫੀ ਪੀਣ ਹਾਂਜੀ ਕਾਫੀ ਪੀਣ ਮੈਂ ਇਕੱਠੇ ਆ ਤਾਂ ਇਕੱਠੇ ਜਾਵਾਂਗੇ ਨਹੀਂ ਇੱਕ ਜਣੇ ਦਾ ਹੁੰਦਾ ਨਾ ਕਿ ਗੇੜੀ ਮਾਰ ਦੇ ਚੱਲ ਤੂੰ ਕਾਫੀ ਪੀ ਲਈ ਦੋਨਾਂ ਨੇ ਪੀਣੀ ਕਾਫੀ ਇਕੱਠੇ ਇਕੱਠੇ ਕਾਫੀ ਇਕੱਠੀ ਕਿਹੜੀ ਪੀਨੇ ਹੁੰਨੇ ਅਸੀਂ ਇਹ ਅਜ਼ਨ ਲਾਤੇ ਮੇਰੀ ਸਿੰਪਲ ਲਾਤੇ ਉਹ ਕਿਉਂ ਨਹੀਂ ਇਕੱਠਿਆਂ ਦੀ ਸੇਮ ਹੈਗੀ ਥੋੜਾ ਟੇਸਟ ਦਾ ਵੀ ਫਰਕ ਹੋਣਾ ਚਾਹੀਦਾ ਵੈਸੇ ਕਰਦੇ ਕੀ ਹੋ ਤੁਸੀਂ ਮੇਰਾ ਬਿਜ਼ਨਸ ਹੈ ਕਾਦਾ ਇਲੈਕਟ੍ਰੋਨਿਕਸ ਦਾ ਮੇਰਾ ਹੀ ਬਿਜ਼ਨਸ ਹੈ ਜੀ ਰੀਅਲ ਏਸਟੇਟ ਦਾ ਵੱਡੇ ਬੰਦੇ ਹੀ ਆ ਨਾਲ ਦਿਮਾਗ ਦਮੂਗ ਬਿਜ਼ਨਸ ਵਾਲਿਆਂ ਦਾ ਕਾਫੀ ਤੇਜ਼ ਹੁੰਦਾ ਆਈਕਿਊ ਚ ਆਪਣੇ ਆਪ ਨੂੰ ਦੱਸ ਚ ਕਿੰਨੇ ਨੰਬਰ ਦਿੰਦੇ ਹੋ ਇਧਰ ਹੁਣ ਤੁਹਾਡੇ ਕੁਐਸਚਨ ਦਾ ਆਨਸਰ ਦੇਖ ਕੇ ਪਤਾ ਚੱਲੂਗਾ ਫਿਰ ਵੀ ਕਿਹਾ ਬੁੱਝ ਲੋਗੇ ਦੱਸ ਚ ਕਿੰਨੇ ਨੰਬਰ ਦਿੰਦੇ ਹੋ ਜੇ ਬੁੱਝਾਂਗਾ ਫਿਰ ਤਾਂ ਦੱਸ ਤੋਂ ਦੱਸ ਹੀ ਦਵਾਂਗਾ ਤੁਹਾਡੇ ਕੁਐਸਚਨ ਦਾ ਡਿਪੈਂਡ ਕਰਦਾ ਚਲੋ ਠੀਕ ਹੈ ਮੈਂ ਪਹਿਲਾ ਕੁਐਸਚਨ ਪੁੱਛਦੀ ਆ ਗੈਸ ਮਾਰਿਓ ਕੁਐਸਚਨ ਮੇਰਾ ਧਿਆਨ ਨਾਲ ਸੁਣਿਓ ਕਿਉਂਕਿ ਆਈਕਿਊ ਜਿਹੜੇ ਟ੍ਰਿਕੀ ਜੇ ਹੁੰਦੇ ਆ ਤੇ ਈਜ਼ੀ ਵੀ ਹੁੰਦੇ ਆਲੇ ਦੁਆਲੇ ਦੀਆਂ ਚੀਜ਼ਾਂ ਹੁੰਦੀਆਂ ਓਕੇ ਮੇਰਾ ਪਹਿਲਾ ਕੁਐਸਚਨ ਆ ਕਿ ਉਹ ਕਿਹੜੀ ਚੀਜ਼ ਆ ਜੋ ਹੈਗੀ ਤੁਹਾਡੀ ਆ ਪਰ ਯੂਜ਼ ਬਾਕੀ ਲੋਕ ਕਰਦੇ ਆ ਹੈਗੀ ਮੇਰੀ ਹੈ ਪਰ ਯੂਜ਼ ਬਾਕੀ ਲੋਕ ਕਰਦੇ ਮੇਰਾ ਬਿਜ਼ਨਸ ਨਾ ਲੈ ਮੈਨੂੰ ਕੋਈ ਆਈਡੀਆ ਨਹੀਂ ਇਸ ਕੋਈ ਤਾਂ ਗੈਸ ਮਾਰੋ ਚੀਜ਼ ਮੇਰੀ ਹੈ ਯੂਜ਼ ਬਾਕੀ ਕਰਦੇ ਕੋਈ ਆਈਡੀਆ ਨਹੀਂ ਤੂੰ ਮਾਈਂਡ ਮਾੜਾ ਜਿਹਾ ਬਿਜ਼ਨਸ ਤੇ ਤਾਂ ਵਾਵਾ ਲੱਗਦਾ ਬਟ ਨਹੀਂ ਗੈਸ ਨਹੀਂ ਕੋਈ ਹਾਰ ਗਏ ਨਹੀਂ ਮੈਂ ਨਹੀਂ ਹਾਰਿਆ ਮੈਂ ਦੱਸਿਆ ਕਿੱਥੇ ਕੀ ਦੱਸਿਆ ਬਿਜਨਸ ਹੁਣ ਨਹੀਂ ਹੁਣ ਮੇਰੀ ਪ੍ਰਾਪਰਟੀ ਮੈਂ ਕਿਸੇ ਨੂੰ ਕਿਰਾਏ ਤੇ ਦਿੱਤੀ ਹੋਗੀ ਯੂਜ਼ ਤੋਂ ਅਗਲਾ ਕਰ ਰਿਹਾ ਠੀਕ ਹੈ ਮਤਲਬ ਹੁਣ ਇਹ ਲੋਕ ਕਰਦਾ ਤੁਹਾਡਾ ਆਨਸਰ ਜੀ ਕਰ ਦੋ ਜੀ ਕਰ ਦੋ ਚਲੋ ਜੀ ਤੁਸੀਂ ਤਾਂ ਹਾਰ ਗਏ ਹਨਾ ਚਲੋ ਅਗਲਾ ਪੁੱਛਦੀ ਆ ਇੱਕ ਪੂਲ ਦੇ ਵਿੱਚ ਤਿੰਨ ਆਦਮੀ ਜਾਂਦੇ ਆ ਜਦੋਂ ਵਾਪਸ ਆਉਂਦੇ ਆ ਸਿਰਫ ਇੱਕ ਦੇ ਵਾਲ ਗਿੱਲੇ ਹੁੰਦੇ ਆ ਦੋ ਦੇ ਨਹੀਂ ਹੁੰਦੇ ਦੱਸੋ ਕਿਉਂ ਨਹੀਂ ਹੁੰਦੇ ਬਾਕੀ ਗੰਜਾ ਹੋਣਾ ਨਾ ਅੱਛਾ ਬਾਕੀ ਅੰਦਰ ਵੜੇ ਨਹੀਂ ਆਨੇ ਨਹੀਂ ਵੜੇ ਤਿੰਨੋਂ ਵੜੇ ਆ ਅੱਛਾ ਤਿੰਨੋਂ ਐਂਟਰ ਕੀਤੇ ਚਲੋ ਇਹਨਾਂ ਨੇ ਗੰਜੇ ਹੀ ਲੋਕ ਕਰਾਉਣੇ ਆ ਕਿ ਹੋਰ ਗੈਸ ਮਾਰਨਾ ਆ ਜੋ ਨੇ ਸ਼ਾਵਰ ਕੈਪ ਪਾਈ ਹੋਣੀ ਆ ਸ਼ਾਵਰ ਕੈਪ ਵਾਲਾ ਸਹੀ ਹੈ ਸ਼ਾਵਰ ਕੈਪ ਦੇਖ ਲਓ ਕੋਈ ਹੋਰ ਇਹ ਤੁਸੀਂ ਕਾਪੀ ਕਰਕੇ ਫੇਲ ਨਾ ਹੋ ਜਿਓ ਬਿਲਕੁਲ ਸਹੀ ਹੈ ਹੈ ਗੰਜੇ ਵਾਲੀ ਗੱਲ ਹੋਰ ਹੈ ਸ਼ਾਵਰ ਕੈਪ ਠੀਕ ਪੇਪਰਾਂ 'ਚ ਕਿੰਨੇ ਕਿ ਨਕਲਾਂ ਵੱਜਦੀਆਂ ਪੇਪਰਾਂ 'ਚ ਨਹੀਂ ਕਰਵਾਈ ਹੈ ਮੈਂ ਕਦੀ ਮਾਰੀ ਇਹ ਸੱਚ ਚਲੋ ਠੀਕ ਹੈ ਤੁਹਾਡੇ ਆਹ ਵਾਲੇ ਕਿਹੜੀ ਹੁਣ ਕੈਪ ਵਾਲਾ ਲੋਕ ਕਰਨਾ ਕਿ ਗੰਜੇ ਵਾਲਾ ਤੁਸੀਂ ਦੱਸੋ ਕੈਪ ਵਾਲਾ ਮੇਰੇ ਵੱਲੋਂ ਤੁਹਾਡਾ ਕੈਪ ਵਾਲਾ ਹਾਂ ਮੇਰਾ ਗੰਜੇ ਵਾਲਾ ਕਰ ਦੋ ਗੰਜੇ ਵਾਲਾ ਲੋਕ ਕਰ ਦਿੰਨੇ ਚਲੋ ਠੀਕ ਹੈ ਜੀ ਓਕੇ ਲਾਸਟ ਕੁਐਸਚਨ ਪੁੱਛਦੀ ਆ ਉਹ ਕਿਹੜੀ ਚੀਜ਼ ਆ ਜਿਹਦੇ ਆਉਣ ਤੇ ਤੁਹਾਨੂੰ ਲੋਕੀ ਥੁੱਕਣ ਨੂੰ ਕਹਿੰਦੇ ਆ ਮੈਂ ਤਾਂ ਪਾਣ ਦੀ ਸਮੈਲ ਸੁਣ ਕੇ ਪਾਣ ਖਾਂਦੇ ਥੁੱਕ ਦੋ ਉਹਨੂੰ ਬਾ ਕੂੜਾ ਕੂੜਾ ਦੇਖ ਲਿਆ ਇੱਥੇ ਸੜਕਾਂ ਦੇ ਖਿੱਲੇ ਰਹੇ ਰਹਿੰਦਾ ਜਲੰਧਰ ਦੀ ਸੜਕਾਂ ਤੇ ਲੋਕਾਂ ਨੂੰ ਕਹਿੰਦੇ ਥੁੱਕ ਦੋ ਥੁੱਕਣਾ ਹੀ ਪੈਂਦਾ ਦੇਖ ਕੇ ਹੋਰ ਗੰਦ ਸੁੰਘਣਾ ਚਲੋ ਤੇ ਸੁੰਘਣ ਨਾ ਥੁੱਕਣ ਨਾ ਕੀ ਇਹਦਾ ਉਹ ਬਣਦਾ ਆ ਇੱਕ ਅੰਦਰ ਫੀਲਿੰਗ ਆਂਦੀ ਨਾ ਗੰਦੀ ਫੀਲਿੰਗ ਆਂਦੀ ਫਿਰ ਬੰਦਾ ਸੁੱਕ ਕੇ ਦਿੰਦਾ ਬਾਹਰ ਸੁੱਟ ਦੇ ਪਾਣ ਖਾਏਗਾ ਫੀਲਿੰਗ ਵਧੀਆ ਆਵੇ ਮਾੜੀ ਆਵੇ ਥੁੱਕਣਾ ਬਾਹਰ ਹੀ ਤੁਸੀਂ ਕੂੜੇ ਨੂੰ ਲੋਕ ਕਰਾਉਣਾ ਹਾਂ ਕੂੜਾ ਕਰ ਪਾਣ ਮੈਨੂੰ ਦੱਸੋ ਕਿ ਉਹ ਕਿਹੜੀ ਚੀਜ਼ ਆ ਜਿਹੜੀ ਹੈ ਤੁਹਾਡੀ ਆ ਯੂਜ਼ ਬਾਕੀ ਲੋਕ ਕਰਦੇ ਆ ਆਈਕਿਊ ਕੁਐਸਚਨ ਆ ਮਨੇ ਅਕਲ ਤਾਂ ਨਹੀਂ ਅਕਲ ਤਾਂ ਆਪਾਂ ਹੀ ਯੂਜ਼ ਕਰਦੇ ਆ ਨਹੀਂ ਸਾਡੀ ਤਾਂ ਨਾਲ ਦੇ ਗਿਰ ਜਾਂਦੇ ਆ ਕੌਣ ਕਰਦਾ ਤੁਹਾਡੇ ਨਾਲ ਦੇ ਸਿੱਧੇ ਜਾਈਏ ਮੈਡਮ ਭਲੇ ਮਾਨਸ ਲੋਕੀ ਫਾਇਦਾ ਵਾ ਚੱਕਦੇ ਆ ਹਾਂਜੀ ਭਲੇ ਮਾਨਸ ਘਰੇ ਹੁੰਦੇ ਗੇੜੀਆਂ ਨਹੀਂ ਮਾਰਦੇ ਉਹ ਗੇੜੀ ਨਾਲ ਬਹਿ ਕੇ ਅੱਜ ਤੇ ਮੈਡਮ ਜੀ ਭਲੇ ਮਾਨਸ ਗੇੜੀਆਂ ਮਾਰਦੇ ਆ ਅਗਲਾ ਲੈ ਗੇੜੀਆਂ ਮਾਰਦੇ ਕਿ ਕਿੱਥੇ ਗੇੜੀ ਮਾਰਨੀ ਹੈ ਠੀਕ ਹੈ ਜੀ ਠੀਕ ਗੱਲ ਹੀ ਨਹੀਂ ਓਕੇ ਦੱਸੋ ਤੁਹਾਡੀ ਚੀਜ਼ ਹੈ ਪਰ ਲੋਕੀ ਯੂਜ਼ ਕਰਦੇ ਆ ਮੈਨੂੰ ਦੇਖ ਕੇ ਕਿਉਂ ਨਰਵਸ ਹੋ ਗਏ ਇਹ ਦੱਸੋ ਚੀਜ਼ ਸਾਡੀ ਆ ਮੈਂ ਟੀਵੀ 'ਚ ਦੇਖੀਦਾ ਸੀ ਅੱਜ ਸਾਹਮਣੇ ਆ ਜੀ ਸਾਡੀ ਆ ਵਰਤਦਾ ਕੀ ਹੋ ਰਿਹਾ ਵਰਤਦਾ ਕੋਈ ਹੋ ਰਿਹਾ ਬਾਕੀ ਸਾਰੇ ਵਰਤਦੇ ਅੱਛਾ ਇਹ ਕੋਈ ਹੋਣਾ ਇਦਾਂ ਦਾ ਹੀ ਆ ਬਾਅਦ ਚੋਂ ਮੈਨੂੰ ਹੁਣ ਦਿਮਾਗ 'ਚ ਨਹੀਂ ਆ ਰਿਹਾ ਇਸ ਟਾਈਮ ਤੁਸੀਂ ਦੱਸੋ ਆਈਕਿਊ 'ਚ ਆਪਣੇ ਆਪ ਨੂੰ ਦੱਸ ਚੋ ਕਿੰਨੇ ਨੰਬਰ ਦਿੰਦੇ ਹੋ ਦੱਸ ਚੋ ਦੱਸ ਹੀ ਦਿੰਦੇ ਆ
ਮੈਂ ਪੰਜਾਬੀ ਦੱਸਿਓ ਆਈ ਕਿਉ ਮਤਲਬ ਦਿਮਾਗ ਦੇ ਦਿੰਦਾ ਨਾ ਜਿਹੜਾ ਕੋਈ ਕੁਐਸਚਨ ਪੁੱਛੇ ਪਹੇਲੀ ਪੁੱਛੇ ਮੈਂ ਬੁੱਝ ਲੈਣੀ ਆ ਅੱਛਾ ਦੱਸਾਂ ਜੀ ਮੈਨੂੰ 9:30 ਰੱਖ ਲਓ ਦੱਸਾਂ ਜੀ 10 ਹੀ ਇੱਕ ਜਵਾਬ ਤਾਂ ਆਉਣ ਨਹੀਂ ਤੇ 10-10 ਲਾਈ ਆ ਆਪਣੇ ਆਪਣੇ ਨੰਬਰ ਆਪਾਂ ਪੂਰੇ ਹੀ ਦੇਈਦੇ ਆ ਜਵਾਬ ਤਾਂ ਦੋ ਨਾ ਜਵਾਬ ਆਪਾਂ ਨੂੰ ਅਸੀਂ ਪਿਆਰ ਵਾਂਗਾ ਮਤਲਬ ਨਾ 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 ਨਹੀਂ ਆਇਆ ਜਵਾਬ ਨਹੀਂ ਆਇਆ ਜੀ ਨਹੀਂ ਮੈਨੂੰ ਇਸ ਗੱਲ ਦਾ ਜਵਾਬ ਨਹੀਂ ਆਇਆ ਜੀ ਕੋਈ ਹੋਰ ਨਹੀਂ ਮੈਡਮ ਨਹੀਂ ਚਲੋ ਹੁਣ ਸਭ ਤੋਂ ਸੌਖੇ ਵਾਲਾ ਪੁੱਛਦੀ ਆ ਇੱਕ ਪੂਲ 'ਚ 3 ਮੁੰਡੇ ਜਾਂਦੇ ਆ ਇੱਕ ਪੂਲ 'ਚ 3 ਮੁੰਡੇ ਜਾਂਦੇ ਆ ਹਾਂ ਮੁੰਡੇ ਹੀ ਜਾਂਦੇ ਆ ਓਕੇ ਉਹਨਾਂ 'ਚੋਂ ਇੱਕ ਦੇ ਵਾਲ ਗਿੱਲੇ ਹੋ ਜਾਂਦੇ ਦੋ ਦੇ ਨਹੀਂ ਹੁੰਦੇ ਦੱਸੋ ਕਿਉਂ ਨਹੀਂ ਹੁੰਦੇ ਕੀਆ ਮਾਰਦੇ ਸਵਿਮਿੰਗ ਕਰਦੇ ਅੱਛੀ ਹੁਣ ਸਿਰ ਤੇ ਸਰਦਾਰ ਹੋਗੇ ਵਾਲ ਹੀ ਨਹੀਂ ਹੈਗੇ ਜੀ ਗੰਜੇ ਹੋਣਗੇ ਗੰਜੇ ਹੋਣਗੇ ਅੱਛਾ ਤੁਸੀਂ ਕਹਿੰਦੇ ਗੰਜੇ ਹੋਣਗੇ ਹਾਂ ਜੀ ਤੁਸੀਂ ਕੀ ਕਹਿੰਦੇ ਪੱਗ ਬੰਨੀ ਹੋਊ ਜਾਂ ਕੈਪ ਪਾਈ ਹੋਊਗੀ ਅੱਛਾ ਤੁਸੀਂ ਕਹਿੰਦੇ ਸਰਦਾਰ ਦੁਬਾਰਾ ਪੁੱਛੋ ਜੀ ਮੈਂ ਕਿਹਾ ਇੱਕ ਪੂਲ 'ਚ 3 ਮੁੰਡੇ ਜਾਂਦੇ ਆ ਸਵਿਮਿੰਗ ਕਰਦੇ ਅੱਛੀ ਬਾਹਰ ਆਉਂਦੇ ਆ ਇੱਕ ਦੇ ਵਾਲ ਗਿੱਲੇ ਹੁੰਦੇ ਆ ਬਾਕੀ ਦੋਨਾਂ ਦੇ ਹੁੰਦੇ ਹੀ ਨਹੀਂ ਗਿੱਲੇ ਦੱਸੋ ਕਿਉਂ ਨਹੀਂ ਹੁੰਦੇ ਪੂਲ 'ਚ ਪਾਣੀ ਨਾ ਹੋਊਗਾ ਜੀ ਪੂਲ 'ਚ ਪਾਣੀ ਆ ਤਾਂ ਹੀ ਸਵਿਮਿੰਗ ਕਰਦੇ ਆ ਉਹ ਸੁੱਕਾ ਹਵਾ 'ਚ ਕਰਦੇ ਹਵਾ 'ਚ ਕੌਣ ਸਵਿਮਿੰਗ ਸੁੱਕੇ 'ਚ ਕੌਣ ਜਾਂਦਾ ਪਹਿਲਾਂ ਇਹ ਦੱਸੋ ਜਾਣੇ ਮੈਂ ਗਏ ਨਹੀਂ ਹੁਣੇ ਵਿੱਚ ਫਿਰ ਗਏ ਆ ਸਵਿਮਿੰਗ ਕਿਹਾ ਨਾ ਮੈਂ ਕਰਦੇ ਆ ਮੈਂ ਪੱਗ ਬੰਨੀ ਹੋਊਗੀ ਜਾਂ ਫਿਰ ਜਿਹੜੇ ਅੱਜ ਕੱਲ ਕੈਪ ਇੱਕ ਆਨਸਰ ਲੌਕ ਕਰਾਓ ਕੀ ਕਹਿੰਦੇ ਗੰਜੇ ਹੋਗੇ ਉਹ ਅੱਛਾ ਤੁਸੀਂ ਕੀ ਕਹਿੰਦੇ ਇਹ ਗੰਜੇ ਹੋਣਗੇ ਮਣ ਜੀ ਅੱਛਾ ਹਾਂਜੀ ਹਾਂਜੀ ਗੰਜੇ ਦੇਖ ਲਓ ਤੁਸੀਂ ਇੱਕ ਦੂਜੇ ਨੂੰ ਕਾਪੀ ਕਰੀ ਜਾਂਦੇ ਹੋ ਤੁਸੀਂ ਨਹੀਂ ਨਹੀਂ ਕਾਪੀ ਬਿਲਕੁਲ ਨਹੀਂ ਇਹ ਹੀ ਉਹਦੇ ਜੇ ਹੁਣ ਨਹਾਤੇ ਆ ਦਿੰਦੇ ਆਣੇ ਚੁੱਭੀਆਂ ਲਾਈਆਂ ਬਾਲ ਨਹੀਂ ਗਿੱਲੇ ਬਾਲ ਨਾ ਸਿਰ ਤੇ ਹੋਣਗੇ ਹਾਂ ਬਸ ਇਹੀ ਕਹਿ ਸਕਦੇ ਆਪਾਂ ਚਲ ਠੀਕ ਹੈ ਮਤਲਬ ਪਾਣੀ ਨਾ ਹੋਊਗਾ ਇੱਕ ਚੀਜ਼ ਲੌਕ ਕਰਾਓ ਮੈਨੂੰ ਕਹਿੰਦੇ ਪਾਣੀ ਤਾਂ ਹੈਗਾ ਇੱਕ ਚੀਜ਼ ਲੌਕ ਕਰਾਓ ਕੀ ਕਿਹੜੀ ਕਿਹਾ ਤੁਸੀਂ ਵਾਲ ਹੀ ਹੈ ਨਹੀਂ ਜੀ ਮੈਡਮ ਗੰਜੇ ਹੋਣਗੇ ਵਾਲ ਹੀ ਨਹੀਂ ਹੋਊਗੇ ਇਹਨਾਂ ਦੇ ਗੰਜੇ ਬੰਦੇ ਲੌਕ ਕਰਦੀ ਆ ਮੈਂ ਲਾਸਟ ਕੁਐਸਚਨ ਪੁੱਛਦੀ ਆ ਉਹ ਕਿਹੜੀ ਚੀਜ਼ ਆ ਜਿਹਦੇ ਆਉਣ ਤੇ ਲੋਕੀ ਤੁਹਾਨੂੰ ਥੁੱਕਣ ਨੂੰ ਕਹਿੰਦੇ ਆ ਜਿਹਦੇ ਆਉਣ ਤੇ ਸੋਚ ਲੈਣ ਦੋ ਜੀ ਜਦੋਂ ਮੈਂ ਮਾਈਕ ਕੋਲ ਜਾਂਦੀ ਸੋਚ ਲੈ ਅੱਛਾ ਆਉਣ ਤੇ ਲੋਕੀ ਸੁੱਕਣ ਨੂੰ ਕਹਿੰਦੇ ਆ ਉਹਨਾਂ ਨੂੰ ਕਿਦਾਂ ਘੂਰਦੇ ਪਏ ਹੈਗੀ ਆ ਕੀ ਆ ਰਿਹਾ ਤੁਮ ਇੱਕਦਮ ਜਦ ਗਿਆ ਉਹ ਤਾਂ ਉਲਟੀ ਆਈ ਸੀ ਉਲਟੀ ਆਈ ਸੀ ਵੋਮਟਿੰਗ ਅੱਜ ਕੀ ਵੀ ਪਤਾ ਨਹੀਂ ਹੁਣ ਤੁਸੀਂ ਸਵਾਲ ਇੱਧਰ ਹੁਣ ਇਹ ਸੌਖੇ ਸੌਖੇ ਮੈਨੂੰ ਲੱਗਦਾ ਪਰ ਹੁਣ ਤੁਸੀਂ ਸੌਖੇ ਹੀ ਹੈ ਪਰ ਇਦਾਂ ਹੁੰਦਾ ਨਾ ਹੁਣ ਤੁਸੀਂ ਸਾਡਾ ਤਾਂ ਰੋਜ਼ ਦਾ ਕੰਮ ਦੀ ਪਾ ਸਾਡੇ ਹੁਣ ਨਹੀਂ ਦਿਮਾਗ 'ਚ ਆ ਰਿਹਾ ਨਾ ਪਰ ਸਾਨੂੰ ਦੱਸ ਕੇ ਜ਼ਰੂਰ ਜਾਏ ਉਹਦਾ ਆਨਸਰ ਓਬਵੀਅਸਲੀ ਦੱਸੂੰਗੀ ਲਾਸਟ ਕੁਐਸਚਨ ਹੀ ਆ ਉਹਦਾ ਗੈਸ ਤਾਂ ਮਾਰੋ ਥੁੱਕਣ ਨੂੰ ਕਹਿੰਦੇ ਆ ਖਤਮ ਕਰੋ ਗੱਲ ਲਾਸਟ ਕੁਐਸਚਨ ਆ ਹਾਰ ਗਏ ਕੀ ਕਹਿੰਦੇ ਇੱਕ ਜਿਹੜਾ ਤੁਸੀਂ ਪ੍ਰੋਗਰਾਮ ਕਰਦੇ ਹੋ ਨਾਲ ਆਪਣੇ ਉਹ ਭਾਜੀ ਬੈਠੇ ਹੁੰਦੇ ਆ ਕਿਹੜੇ ਉਹਦਾ ਨਾਮ ਨਹੀਂ ਹੁਣ ਮੇਰੇ ਦਿਮਾਗ 'ਚ ਆਉਂਦਾ ਉਹ ਕਿੰਨੇ ਕਿਰਦਾਰ ਨਿਭਾਉਂਦੇ ਆ ਕਈ ਵਾਰ ਸਰਦਾਰ ਬਣੇ ਸੰਘਾ ਬਣੇ ਜਾਂਦੇ ਆ ਉਮੰਗ ਸ਼ਰਮਾ ਹਾਂਜੀ ਉਹ ਪ੍ਰੋਗਰਾਮ ਵਧੀਆ ਹੁੰਦਾ ਤੁਸੀਂ ਹੱਸਦੇ ਬਸ ਉਹਨਾਂ 'ਚੋਂ ਤਾਂ ਹੀ ਮੈਂ ਤੁਹਾਨੂੰ ਦੇਖ ਕੇ ਗੱਡੀ ਰੋਕੀ ਮੈਂ ਗੱਲ ਕਰਨੀ ਕਰਨੀ ਆ ਬੰਦੇ ਮੈਂ ਕਹਿੰਦੇ ਕਰਨੀ ਆ ਜੋ ਮਰਜ਼ੀ ਹੋ ਜਾਵੇ ਮੁੜ ਕੇ ਕਹਿੰਦੇ ਮੈਂ ਨਰਵਸ ਹੋ ਗਿਆ ਹਾਂਜੀ ਹੁਣ ਮੈਂ ਇੱਕਦਮ ਆਪਾਂ ਜਦੋਂ ਦੇਖਦੇ ਟੀਵੀ ਤੇ ਇੱਕਦਮ ਦੇਖ ਕੇ ਨਰਵਸ ਹੁੰਦਾ ਬੰਦਾ ਉਹ ਕਿਹੜੀ ਚੀਜ਼ ਆ ਜਿਹੜੀ ਹੈਗੀ ਤੁਹਾਡੀ ਆ ਪਰ ਯੂਜ਼ ਬਾਕੀ ਲੋਕ ਕਰਦੇ ਗੱਡੀ ਅੱਛਾ ਹਾਂਜੀ ਸੋਚ ਥਿੰਕਿੰਗ ਥਿੰਕਿੰਗ ਤੁਹਾਡੀ ਕਿੱਦਾਂ ਬਾਕੀ ਯੂਜ਼ ਕਰ ਲੂ ਯੂਜ਼ ਕਰਦੇ ਹੀ ਆ ਜੇ ਕਿਸੇ ਨੂੰ ਕਿੱਦਾਂ ਦੱਸੋ ਕਿੱਦਾਂ ਜਿਵੇਂ ਕਿਸੇ ਨੂੰ ਸਲਾਹ ਦੇ ਦਿੰਦੇ ਆ ਆਪਾਂ ਨਾਲ ਦੇ ਸਾਰੇ ਸਲਾਹ ਵਰਤਦੇ ਹੀ ਆ ਸਾਡੀ ਤੇ ਜੀ ਥਿੰਕਿੰਗ ਤੁਸੀਂ ਬਸ ਇਹਦੇ ਤੇ ਕੀ ਹੀ ਕਰਦੀ ਤੇ ਤੇ ਹੋਰ ਤੁਸੀਂ ਕੀ ਦੁਬਾਰਾ ਪੁੱਛੋ ਕਿ ਵਿਚਾਈ ਮੈਂ ਕਿਹਾ ਚੀਜ਼ ਤੁਹਾਡੀ ਆ ਪਰ ਯੂਜ਼ ਬਾਕੀ ਲੋਕ ਕਰਦੇ ਚੀਜ਼ ਤੁਹਾਡੀ ਆ ਯੂਜ਼ ਸਾਰੇ ਕਰਦੇ ਇਹ ਚੀਜ਼ ਤੁਹਾਡੀ ਆ ਯੂਜ਼ ਕੋਈ ਹੋਰ ਕਰਦਾ ਆ ਗੱਡੀ ਤਾਂ ਹੋ ਗਈ ਆ ਮੇਰੇ ਪਰਚੀਆਂ ਵੀ ਆ ਰਹੀ ਮੇਰੇ ਕੱਪੜੇ ਹੈ ਕੱਪੜੇ ਕੌਣ ਯੂਜ਼ ਕਰਦਾ ਤੁਹਾਡੇ ਮੇਰੇ ਫਰੈਂਡ ਮੰਗ ਕੇ ਲੈ ਜਾਂਦੇ ਮੈਂ ਤਾਂ ਵਧੀਆ ਵਧੀਆ ਕੱਪੜੇ ਵਧੀਆ ਕਿੱਦਾਂ ਮਤਲਬ ਜਿੱਦਾਂ ਹੁਣ ਆ ਦੇਖੋ ਲਈ ਮੈਂ ਹੁਣ ਘੜੀ ਲਈ 11,000 ਦੀ ਇਹ ਇੱਕ ਵਾਰੀ ਪਾਉਣੀ ਆ ਉਹ ਮੁੰਡੇ ਫਰੈਂਡ ਨੇ ਲੈ ਜਾਣੀ ਬਾਅਦ ਚ ਹਾਂ ਤੁਸੀਂ ਦੇ ਦਿੰਦੇ ਢੀ ਨਹੀਂ ਕਰਦੇ ਹੋ ਕੀ ਕਰਦਾ ਰੋਨਰ ਦਾ ਮੂੰਹ ਕਰਕੇ ਦੇ ਦੀਦਾ ਲੈ ਲੋ ਐਸ਼ ਕਰੋ ਕੀ ਕਹਿੰਦੇ ਕੀ ਹੁੰਦੇ ਆ ਕੇ ਭਾਈ ਉਹ ਤਾਂ ਘੜੀ ਬਹੁਤ ਸੋਹਣੀ ਭਾਈ ਦਿਖਾ ਯਾਰ ਹਾਂ ਕਹਣਾ ਉਹ ਭਾਈ ਸੋਹਣੀ ਨਹੀਂ ਤੁਸੀਂ ਲਾਉਣੀ ਆ ਲਾ ਇੱਦਾਂ ਕਹੀਦਾ ਆਪੇ ਕਹਿ ਦੇਦਾ ਲੈ ਹਾਂਜੀ ਹਾਂਜੀ ਪਤਾ ਲੱਗ ਜਾਂਦਾ ਤੁਸੀਂ ਵੀ ਲੈਂਦੇ ਹੋਣੇ ਚੀਜ਼ਾਂ ਹੁਣਾਂ ਤੋਂ ਨਹੀਂ ਮੈਂ ਬਹੁਤ ਘੱਟ ਜੀ ਮੈਨੂੰ ਕਿਸੇ ਦਾ ਕੱਪੜਾ ਪਾਵਾਂ ਤਾਂ ਮੈਨੂੰ ਆਪਣੇ ਕੱਛਾਂ 'ਚੋਂ ਡਾਉਣ ਲੱਗ ਫਲੇਵਰ ਚੜ ਜਾਂਦਾ ਮੈਨੂੰ ਉਹਨਾਂ ਦਾ ਹਾਂਜੀ ਤੁਹਾਡਾ ਇਹ ਗੱਡੀ ਵਾਲਾ ਲੌਕਰ ਆਨਸਰ ਜੀ ਤੁਹਾਡਾ ਥਿੰਕਿੰਗ ਵਾਲਾ ਹਾਂਜੀ ਅਗਲਾ ਪੁੱਛਦੀ ਆ ਕਿ ਉਹ ਕਿਹੜੀ ਚੀਜ਼ ਆ ਜਦੋਂ ਉਹ ਆਉਂਦੀ ਆ ਤਾਂ ਲੋਕੀ ਤੁਹਾਨੂੰ ਥੁੱਕਣ ਨੂੰ ਕਹਿੰਦੇ ਆ ਨਜ਼ਰ ਬੱਟੂ ਕਿਦਾਂ ਮਤਲਬ ਜੇ ਮੈਂ ਕਿਸੇ ਨੂੰ ਜੇ ਮੈਂ ਨੈਚੀ ਕਿਸੇ ਨੂੰ ਦੇਖ ਲਵਾਂ ਇਦਾਂ ਗਾ ਜਿੱਦਾਂ ਸਾਡੇ ਮਹੱਲੇ ਇੱਕ ਬੰਦਾ ਕਿਦਾਂ ਪਤਾ ਲੱਗਦਾ ਮੈਂ ਉਹ ਨੈਚੀ ਹੋ ਜਦੋਂ ਉਹਦੀ ਮੈਂ ਸ਼ਕਲ ਦੇਦਾ ਮੈਂ ਤੁੱਕ ਦੇੜ ਦਿੰਦਾ ਨੈਚੀ ਕਿਦਾਂ ਮਤਲਬ ਉਹ ਜੇ ਉਹਨੂੰ ਦੇਖ ਲਓ ਨਾ ਜੇ ਮੰਨ ਲਓ ਮੈਂ ਕਿਸੇ ਕੋਲ ਪੇਮੈਂਟ ਲੈਣੀ ਉਹ ਬੰਦਾ ਖੜਾ ਉਹ ਕੋ ਮੈਂ 20,000 ਰੁਪਏ ਲੈਣਾ ਵਾਂ ਜੇ ਮੈਂ ਉਹਨੂੰ ਦੇਖ ਲਿਆ ਉਹ ਬੰਦੇ ਨੇ ਕਹਿਣਾ ਮੈਨੂੰ ਕੰਮ ਪੈ ਗਿਆ ਕੰਮ ਪੈ ਗਿਆ
ਹਣੇ ਨਿਕਲ ਜਾਣਾ ਹਣੇ ਨਿਕਲ ਜਾਣਾ ਅਜਾ ਨੈਸ਼ੀ ਨੂੰ ਦੇਖਦਾ ਇੰਨਾ ਨੈਸ਼ੀ ਆ ਹਾਂਜੀ ਤੁਸੀਂ ਦੱਸੋ ਇਹਨਾਂ ਨੇ ਨੈਸ਼ੀ ਕਹਿਤਾ ਮੈਮ ਜਦੋਂ ਬਿੱਲੀ ਰਸਤਾ ਕੱਟਦੀ ਆ ਅਸੀਂ ਉਦੋਂ ਥੁੱਕਦੇ ਆ ਵੱਡੇ ਕਹਿੰਦੇ ਥੁੱਕ ਦੋ ਨਾਲ ਹੀ ਅੱਛਾ ਮੈਂ ਨਹੀਂ ਕਦੀ ਥੁੱਕਿਆ ਇਦਾਂ ਉਹ ਤਾਂ ਅਸੀਂ ਵੀ ਨਹੀਂ ਥੁੱਕੇ ਵੱਡਿਆਂ ਦੀਆਂ ਗੱਲਾਂ ਹੀ ਆ ਉਹ ਤਾਂ ਰੁਕਦੇ ਹੁੰਦੇ ਆ बहुत ज्यादा खुशी हुई रब ताडी चैनल नू बहुत बहुत तरक्कियां देवे ते मैडम दी तनखा होर वधावे इदां कहंदे हुंदे चैनल इस करके इहनां दी तनखा वधाई जावे ठीक है जी ओनर साहब ते मैं जदों कैनेडा आवां ते मैं तुहानू फिर इंटरव्यू देवां इक अच्छा इंसान चंगा इंसान बन के तरक्की करके हुण नहीं चंगे अच्छे जिन्ने मेरे दुश्मन अमेरिका कनेडा प्यार वाले बैठे आ प्लीज़ जैलस ना करियो मैं दिलों नाइस हाँ ओके मन जायो जिन्हों मैं तुहानू कहा है मन जायो पता लग गया किन्नू किन्नू कहा बस मन जायो ओके जी थैंक यू खास कर अमेरिका वाले ठीक है जी सिएटल कितनी देर च शॉपिंग कंप्लीट कर दे एक घंटा दो घंटे मत पूछो मत ये पूछो ना अगर अगर टुकाई बार बार ना करो तो पूरी दिन बिना खाए पिए ही शॉपिंग में लगी रहंदी तुसी ता रस्ते च बैठ जांदे होणे किते ना किते हां मैं बोली मैं आगे काउंटर पे वेट करती हूं तो तू करके जल्दी आ जाओ हाय किन्ना तुसी तंग करदे हैं कोई नहीं मैं थोड़े दिन ਲਈ ਆਈ ਹਾਂ ਸੋ ਇੰਨਾ ਕਾ ਬੰਦਾ ਉਹਨਾਂ ਦਾ ਕਿੱਥੋਂ ਆਏ ਹੋ ਕੈਨੇਡਾ ਤੋਂ ਓਕੇ ਫਿਰ ਵਾਪਸ ਚੱਲ ਜਾਣਾ ਸ਼ਾਪਿੰਗ ਕਰਕੇ ਨਹੀਂ ਆਈ ਤਾਂ ਮੈਂ ਘੁੰਮਣੀ ਆ ਹੁਣ ਸ਼ਾਪਿੰਗ ਤਾਂ ਬੰਨ ਆਇਆ ਕਿਤੇ ਵੀ ਨਹੀਂ ਸ਼ਾਪਿੰਗ ਰੋਕਦੀ ਅੱਛਾ ਵੈਸੇ ਕੀ ਕੰਮ ਕੀ ਕਰਦੇ ਹੋ ਮੈਂ ਉੱਥੇ ਸੁਪਰ ਸਟੋਰ ਆ ਉੱਥੇ ਮੈਨੇਜਰ ਆ ਚਲੋ ਬਹੁਤ ਵਧੀਆ ਗੱਲ ਆ ਤੇ ਹੁਣ ਮੈਂ ਤੁਹਾਨੂੰ ਛੋਟੇ ਛੋਟੇ ਕੁਐਸਚਨਸ ਪੁੱਛਣੇ ਤੁਸੀਂ ਗੈਸ ਮਾਰਨੇ ਆ ਉਹਦੇ ਕੀ ਆਨਸਰਸ ਹੈਗੇ ਮੇਰਾ ਪਹਿਲਾ ਕੁਐਸਚਨ ਹੈ ਕਿ ਉਹ ਕਿਹੜੀ ਚੀਜ਼ ਆ ਜਿਹੜੀ ਹੁੰਦੀ ਤੁਹਾਡੀ ਆ ਪਰ ਯੂਜ਼ ਬਾਕੀ ਲੋਕ ਕਰਦੇ ਆ ਦਿਮਾਗ टाइम एक चीज दसो नहीं टाइम तो आप यूज करते हैं दिमाग भी आप यूज करते हैं पर वो चीज लोग यूज करते हैं दिमाग घुमाता मैं नहीं है तो भी नहीं आया चलो अगला पूछ दी हाँ एक पूल दे विच तीन मुंडे जाते हैं स्विमिंग करते हैं उन्होंने जो वह बाहर आते हैं तो एक मुंडे के वाल गिले होंगे दो दे नहीं होंगे क्यों नहीं होंगे ਉਹਨਾਂ ਦੇ ਵਾਲ ਨਹੀਂ ਹੋਣੇ ਆ ਅੱਛਾ ਵਾਲ ਨਹੀਂ ਹੋਣੇ ਜਾਂ ਬਾਬਾ ਕੈਪ ਲਗਾ ਕੇ ਨਹਾਉਂਦੇ ਹੋਣਗੇ ਅੱਛਾ ਕੀ ਅੱਛਾ ਮਤਲਬ ਇਹ ਲੋਕ ਕਰਦਾ ਕਿ ਵਾਲ ਨਹੀਂ ਹੁੰਦੇ ਹਾਂਜੀ ਹਾਂਜੀ ਲਾਸਟ ਪੁੱਛਦੀ ਹਾਂ ਕਿਉਂਕਿ ਇਹਨਾਂ ਨੂੰ ਜਲਦੀ ਆ ਜਾਣ ਦੀ ਮੈਂ ਜ਼ਿਆਦਾ ਗੱਲਾਂ ਨਹੀਂ ਕਰੂੰਗੀ ਉਹ ਕਿਹੜੀ ਚੀਜ਼ ਆ ਜਦੋਂ ਉਹ ਆਉਂਦੀ ਆ ਤੇ ਲੋਕੀ ਕਹਿੰਦੇ ਆ ਥੁੱਕ ਦੇ ਤੁਹਾਨੂੰ ਥੁੱਕਣ ਨੂੰ ਕਹਿੰਦੇ ਆ ਨਹੀਂ ਹੈ ਚਿਪਕਲੀ ਚਿਪਕਲੀ ਨੂੰ ਦੇਖ ਕੇ ਕੌਣ ਥੁੱਕਦਾ ਆ ਇਹਨਾਂ ਤੱਕ ਜੈ ਨਹੀਂ ਆ ਗਈ ਨਹੀਂ ਆਈ ਡੋਨਟ ਨੋ ਹੈਲੋ ਕਿਦਾਂ ਹੀ ਠੀਕ ਹੋ ਬਹੁਤ ਵਧੀਆ ਤੁਸੀਂ ਦੱਸੋ ਇੱਧਰ ਇਕੱਲੇ ਘੁੰਮੀ ਜਾਂਦੇ ਮੈਂ ਦੇਖਿਆ ਕਦੀ ਗੱਡੀ ਇੱਥੇ ਲਾ ਲੈਂਦੇ ਕਦੀ ਉੱਥੇ ਲਾ ਲੈਂਦੇ ਨਹੀਂ ਇੱਥੇ ਉੱਥੇ ਤਾਂ ਨਹੀਂ ਬਸ ਇੱਥੇ ਲਾਈ ਤਾਂ ਤੁਹਾਨੂੰ ਦੇਖ ਕੇ ਮੈਨੂੰ ਦੇਖ ਕੇ ਲਾਈ ਹਾਂਜੀ ਹਾਂਜੀ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੀ ਬਸ ਵਿਹਲਾ ਹੀ ਫਿਲਹਾਲ ਵਿਹਲੇ ਗੇੜੀਆਂ ਮਾਰਦੇ ਵਿਹਲੇ ਗੇੜੀ ਤੇਲ ਕਿੰਨਾ ਕੁ ਫੂਕ ਦਿੰਦੇ ਤੇਲ ਥੋੜਾ ਹੀ ਫੁੱਕੀ ਦਾ ਜ਼ਿਆਦਾ ਨਹੀਂ ਚਲੋ ਠੀਕ ਹੈ ਜੀ ਓਕੇ ਹੈਗੇ ਇੱਥੇ ਲੋਕਲ ਹੀ ਹੋਗੇ ਲੋਕਲ ਹੀ ਹਾਂਜੀ ਇਹ ਤਾਂ ਜਲੰਧਰ ਤੋਂ ਹੀ ਹਾਂਜੀ ਹਾਂਜੀ ਆਈਕਿਊ ਜੋ ਆਪਣੇ ਆਪ ਨੂੰ ਦੱਸ ਚੋ ਕਿੰਨੇ ਨੰਬਰ ਦਿੰਦੇ ਹੋ ਤੁਸੀਂ ਪਹਿਲਾਂ ਪੁੱਛੋਗੇ ਫੇਰ ਪਤਾ ਲੱਗ ਜਾ ਥੋੜੇ ਇਧਰ ਨੂੰ ਹੋ ਜਾਓ ਆਪਾਂ ਪਿੱਛੇ ਐਡ ਕਿਉਂ ਕਿਸੇ ਦੀ ਦੇਣੀ ਆ ਓਕੇ ਮੇਰਾ ਪਹਿਲਾ ਕੁਐਸਚਨ ਉਹ ਕਿਹੜੀ ਚੀਜ਼ ਆ ਜਿਹੜੀ ਹੈ ਤੁਹਾਡੀ ਆ ਪਰ ਯੂਜ਼ ਬਾਕੀ ਲੋਕ ਕਰਦੇ ਆ ਪਤਾ ਮੈਨੂੰ ਪਤਾ ਦੱਸੋ ਵੇ ਨਾਮ ਇਹ ਕਿਤੇ ਸੁਣਿਆ ਤਾਂ ਨਹੀਂ ਪਿੱਛੇ ਨਹੀਂ ਮੈਨੂੰ ਪਤਾ ਆ ਚਲੋ ਠੀਕ ਆ ਇਹ ਇਹ ਹੀ ਆ ਕਿ ਕੁਝ ਹੋਰ ਨਹੀਂ ਨਾਮ ਹੀ ਲੋਕ ਨਾਮ ਲੋਕ ਕਰਦਾ ਇੱਕ ਪੂਲ 'ਚ ਤਿੰਨ ਮੁੰਡੇ ਜਾਂਦੇ ਆ ਸਵਿਮਿੰਗ ਕਰਦੇ ਆ ਜਦੋਂ ਵਾਪਸ ਆਉਂਦੇ ਉਹਨਾਂ 'ਚੋਂ ਇੱਕ ਦੇ ਵਾਲ ਗਿੱਲੇ ਹੁੰਦੇ ਦੋ ਦੇ ਨਹੀਂ ਹੁੰਦੇ ਦੱਸੋ ਕਿਉਂ ਗੰਜੇ ਹੋਣੇ ਹੋ ਅੱਛਾ ਕੋਈ ਹੋਰ ਕੀ ਗੰਜਿਆਂ ਨੂੰ ਲੋਕ ਕਰ ਮੈਂ ਦੁਬਾਰਾ ਪੁੱਛਣਾ ਹੀ ਨਹੀਂ ਬਸ ਇੰਨਾ ਪੁੱਛਣਾ ਕਿ ਲੋਕ ਕਰਦੀ ਹੈ ਕਿ ਹੋਰ ਫੇਰ ਨਾ ਕਿ ਉਹ ਮੌਕਾ ਨਹੀਂ ਦਿੰਦਾ ਉਹ ਹੁਣੇ ਗੰਜੇ ਉਹਨਾਂ ਦੇ ਵਾਲ ਹੀ ਨਹੀਂ ਹੋਣੇ ਗੰਜੇ ਗੰਜੇ ਵਾਲੇ ਲੋਕ ਕਰ ਦਵਾਂ ਉਹ ਕਿਹੜੀ ਚੀਜ਼ ਆ ਜਦੋਂ ਉਹ ਆਉਂਦੀ ਆ ਤੇ ਲੋਕੀ ਤੁਹਾਨੂੰ ਥੁੱਕਣ ਨੂੰ ਕਹਿੰਦੇ ਆ ਕਿ ਬਹੁਤ ਤੇਜ਼ ਆ ਕਹਿੰਦੇ ਮੇਰਾ ਕਿਹੜੀ ਚੀਜ਼ ਆ ਦੁਬਾਰਾ ਇੱਥੇ ਕਹੋ ਓਕੇ ਉਹ ਕਿਹੜੀ ਚੀਜ਼ ਆ ਜਿਹੜੀ ਜਦੋਂ ਆਉਂਦੀ ਆ ਲੋਕੀ ਤੁਹਾਨੂੰ ਥੁੱਕਣ ਨੂੰ ਕਹਿੰਦੇ ਆ
ਆਉਂਦੀ ਆ ਤੇ ਲੋਕੀ ਥੁੱਕਣ ਨੂੰ ਕਹਿੰਦੇ ਆਈ ਕਿ ਬਹੁਤ ਤੇਜ਼ ਆ ਕਹਿੰਦੇ ਹਰੇ ਨਹੀਂ ਪਤਾ ਹੁਣ ਬੋਲੋ ਆਉਂਦੀ ਆ ਤੇ ਲੋਕੀ ਥੁੱਕਣ ਨੂੰ ਕਹਿੰਦੇ ਹਾਂ ਇਹ ਕਿਹੜੀ ਚੀਜ਼ ਇਦਾਂ ਦੀ ਹੋ ਸਕਦੀ ਕੋਈ ਤਾਂ ਗੈਸ ਮਾਰੋ ਕਿ ਕਿਹੜੀ ਚੀਜ਼ ਤੇ ਥੁੱਕਣ ਨੂੰ ਕਹਿੰਦੇ ਆ ਨੋ ਆਈਡੀਆ ਹਾਰ ਗਏ ਜਦੋਂ ਹਾਰਨ ਦੀ ਗੱਲ ਕਰਦੀ ਉਦੋਂ ਬਲੈਂਕ ਹੋ ਜਾਂਦੇ ਕਿੰਨੀ ਹਾਰਦੇ ਹਾਰ ਗਿਆ ਨਹੀਂ ਹਾਂ ਹਾਰ ਗਿਆ ਹਾਰ ਗਿਆ ਉਹ ਹੈਗਾ ਜੀ ਗੁੱਸਾ ਗੁੱਸਾ ਜਦੋਂ ਆਉਂਦਾ ਆ ਕਹਿੰਦੇ ਯਾਰ ਥੁੱਕ ਦੋ ਠੀਕ ਹੈ ਨਾ ਸਹੀ ਹੈ ਸਹੀ ਬਾਕੀ ਦੋਨੋਂ ਆਨਸਰ ਤੁਹਾਡੇ ਬਿਲਕੁਲ ਸਹੀ ਸਹੀ ਹੈ ਮੇਰੇ ਹਾਂ ਮੈਂ ਆਈ ਕਿਉਂ ਤੇਜ ਆ ਮੁੰਡੇ ਨੇ ਕਿੰਨੇ ਦੱਸ ਚੋ ਨੰਬਰ ਤੁਸੀਂ ਦੱਸੋ ਹੁਣ ਇੱਕ ਗੱਲ ਤਾਂ ਹੈ ਮੇਰੇ ਦੋ ਠੀਕ ਹੋਏ ਨੇ 7 ਲਾ ਲੈਣੇ ਆ ਕੀ ਦੇਣਾ ਹੁਣ ਤੁਸੀਂ ਗਿਫਟ ਦੁਆਵਾ ਦੁਆਵਾ ਹੀ ਦੇਣੀ ਇਹ ਤੇ ਕੰਮ ਕਾਰ ਕਰੋ ਤੁਸੀਂ ਦੁਆਵਾ ਹਾਂ ਦੁਆਵਾ ਠੀਕ ਆ ਦੁਆਵਾ ਠੀਕ ਆ ਗਿਫਟ ਤਾਂ ਮਿਲਦੇ ਰਹਿੰਦੇ ਮੇਰਾ ਪਹਿਲਾ ਕੁਐਸਚਨ ਆ ਬਹੁਤ ਈਜ਼ੀ ਆ ਇੱਕ ਪੂਲ ਦੇ ਵਿੱਚ 3 ਮੁੰਡੇ ਜਾਂਦੇ ਆ ਜਦੋਂ ਵਾਪਸ ਆਉਂਦੇ ਉਹਨਾਂ ਚੋਂ ਇੱਕ ਦੇ ਵਾਲ ਗਿੱਲੇ ਹੁੰਦੇ ਦੋ ਦੇ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਦੋ ਦੇ ਇਹ ਤਾਂ ਹੁਣ ਪਤਾ ਨਹੀਂ ਚੁੱਬੀ ਨਹੀਂ ਮਾਰੀ ਦੋ ਨੇ ਚੁੱਬੀ ਮਾਰੀ ਸਵਿਮਿੰਗ ਕੀਤੀ ਉਹਨਾਂ ਨੇ ਉਹਨੇ ਬਾਲ ਤੇ ਉਹਨ ਬਾਲਾਂ ਤੇ ਪਾਇਆ ਹੁਣ ਕਵਰ ਪਾਇਆ ਹੁਣ ਤੁਸੀਂ ਕਹਿੰਦੇ ਕਿ ਉਹ ਪਾਇਆ ਹੋਣਾ ਕੈਪ ਪਾਈ ਕਵਰ ਕੀਤਾ ਹੈ ਹੁਣ ਅੱਛਾ ਤੁਸੀਂ ਕੀ ਕਹਿੰਦੇ ਸੇਮ ਚਲੋ ਜੀ ਇਹਨਾਂ ਨੇ ਜੀ ਕੈਪ ਕੈਪ ਵਾਲਾ ਇਹਨਾਂ ਦੇ ਵਾਲੇ ਵਾਲੇ ਹੈ ਨਹੀਂ ਇਹਨਾਂ ਨੂੰ ਪਿੱਛੇ ਇੱਕ ਜਿਹੜੇ ਪਰਚੀਆਂ ਦੇਣ ਵਾਲੇ ਵੀ ਜਿਹੜੇ ਵੀਡੀਓ ਬਣਾਉਣ ਨੂੰ ਰੱਖੇ ਹੋਏ ਨੇ ਇਹਨਾਂ ਨੇ ਪਿੱਛੇ ਓਕੇ ਇਹ ਹੁਣ ਕਿਹੜੇ ਵਾਲਾ ਲੌਕ ਕਰਾਂ ਤੁਹਾਡੇ ਵਾਲਾ ਕੈਪ ਵਾਲਾ ਕਿ ਵਾਲ ਨਹੀਂ ਹੈਗਾ ਵਾਲਾ ਇੱਕ ਤਾਂ ਤੁਸੀਂ ਵਾਲ ਵਾਲਾ ਕਰ ਲਓ ਇੱਕ ਦੱਸੋ ਇੱਕ ਇੱਕ ਵਾਲ ਨਹੀਂ ਹੈਗੇ ਨਹੀਂ ਹੈਗੇ ਨਹੀਂ ਹੈਗੇ ਓਕੇ ਉਹ ਕਿਹੜੀ ਚੀਜ਼ ਆ ਜਿਹੜੀ ਹੈਗੀ ਤੁਹਾਡੀ ਆ ਪਰ ਵਰਤਦੇ ਦੂਜੇ ਲੋਕ ਆ ਹੈਗੀ ਤੁਹਾਡੀ ਆ ਹੱਥ ਥੱਲੇ ਕਰ ਲਓ ਮੂੰਹ ਦੇਖ ਜੂਗਾ ਹਾਂਜੀ ਤੁਸੀਂ ਦੱਸੋ ਪਤਾ ਨਹੀਂ ਮੈਨੂੰ ਜ਼ਮੀਨ ਜ਼ਮੀਨ ਅੱਛਾ ਤੁਸੀਂ ਨਹੀਂ ਜ਼ਮੀਨ ਸੇਮ ਹੀ ਆ ਕਿਉਂਕਿ ਕੈਨੇਡਾ ਤੋਂ ਆਏ ਨਾ ਹੁਣ ਜ਼ਮੀਨ ਤਾਂ ਓਕੇ ਚਲੋ ਲਾਸਟ ਕੁਐਸਚਨ ਪੁੱਛਦੀ ਹਾਂ ਉਹ ਕਿਹੜੀ ਚੀਜ਼ ਆ ਜਦੋਂ ਉਹ ਆਉਂਦੀ ਆ ਲੋਕੀ ਤੁਹਾਨੂੰ ਥੁੱਕਣ ਨੂੰ ਕਹਿੰਦੇ ਆ ਜਦੋਂ ਆਉਂਦੀ ਆ ਥੁੱਕਣ ਨੂੰ ਕਹਿੰਦੇ ਆ ਮੱਕੀ ਜਦੋਂ ਮੂੰਹ 'ਚ ਪੈ ਜਾਂਦੀ ਆ ਮੱਖੀ ਲੋਕ ਕਰ ਦਈਏ ਮੱਖੀ ਇੱਧਰ ਕੀ ਕਰ ਰਹੇ ਹੋ ਇੱਧਰ ਬਸ ਘੁੰਮ ਰਹੇ ਸੀ ਤੂੰ ਤਾਂ ਖੜੇ ਹੋ ਘੁੰਮਣ ਤਾਂ ਦੇ ਨਹੀਂ ਮੈਂ ਘੁੰਮ ਲਾਂਗੇ ਘੁੰਮ ਲਾਂਗੇ ਤੁਸੀਂ ਤੁਹਾਡੀ ਵੇਟ ਕਰਦੇ ਇਕੱਠੇ ਘੁੰਮਣਾ ਚਲੋ ਘੁੰਮ ਆਈਏ ਪਹਿਲਾਂ ਚਲੋ ਜੀ ਬੈਠੋ ਬੈਠੋ ਘੁੰਮਣ ਨੂੰ ਕਿੱਦਾਂ ਸ਼ੇਅਰ ਕਰਦੇ ਕੀ ਹੋ ਘੁੰਮਣ ਹੀ ਤਾਂ ਆਏ ਸ਼ੇਅਰ ਕੀ ਕਰਦੇ ਕੀ ਹੋ ਅਸੀਂ ਬਸ ਸ਼ਾਪਿੰਗ ਸ਼ਾਪਿੰਗ ਕਰਨ ਆਏ ਸੀਗੇ ਕੰਮ ਕਰ ਕੰਮ ਕੈਨੇਡਾ ਤੋਂ ਓ ਮਾਈ ਗੋਡ ਕੈਨੇਡਾ 4.5 ਨਹੀਂ ਨਹੀਂ 4.5 ਨਹੀਂ 7 ਝੂਠ ਬੋਲਦੇ ਆਪਣੇ ਮਤਲਬ ਆਪਣੇ ਦਾ ਮੈਂ ਤਾਂ ਕੀਤੀ ਨਹੀਂ ਮੈਂ ਤਾਂ ਕਿਵੇਂ ਤਾਂ 2.5 ਆ ਓਕੇ ਪੀਆਰ ਹੋ ਕੇ ਹਾਂਜੀ ਨਹੀਂ ਪੀਆਰ ਹੋ ਕੇ ਆਉਂਦੇ ਫਿਰ ਇੱਧਰ ਐਸ਼ਾ ਕਰ ਪਹਿਲਾਂ ਵੀ ਆਏ ਸੀਗੇ ਹਾਂ ਪਰ ਹੁਣ 5 ਸਾਲ ਹੋ ਗਏ ਫਿਰ ਤਾਂ ਕਿੱਦਾਂ ਚੱਲਦਾ ਉੱਧਰ ਕੰਮ ਕਾਰ ਬਹੁਤ ਵਧੀਆ ਮਸ ਫਸਟ ਕਲਾਸ ਅਸੀਂ ਵੀ ਪੀਆਰ ਕੈਨੇਡਾ ਹਾਂਜੀ ਦੋਸਤ ਪੱਕੇ ਉੱਥੇ ਬਣੇ ਨਹੀਂ ਨਹੀਂ ਇੱਧਰਲੇ ਪੱਕੇ ਆੜੀ ਕਦੋਂ ਤੋਂ ਨਰਸਰੀ ਐਲਕੇਜੀ ਤੋਂ ਦੇਖ ਲਓ ਇਹ ਕਿੱਥੇ ਜਾ ਰਹੀ ਟਿੱਕੀ ਰਹਿੰਦੀ ਆ ਇਹ ਤਾਂ ਟਿੱਕ ਜਾਂਦੀ ਆ ਗੁੱਸੇ ਵਾਲਾ ਦੋਨਾਂ ਚੋਂ ਕੌਣ ਇੱਕੋ ਜਿਹੀ ਆ ਤੁਸੀਂ ਹੋ ਮੈਂ ਲਾ ਲਓ ਇਹ ਕਿੰਨੀ ਛੇਤੀ ਗੁੱਸਾ ਕਰਦੇ ਤੇ ਠੰਡਾ ਹੁੰਦੇ ਜਦੋਂ ਮੈਨੂੰ ਕਲ ਪਾਵਾਂ ਕਿਹੜੀ ਗੱਲ ਤੋਂ ਕਲ ਪਾਉਂਦੇ ਤੁਸੀਂ ਦੱਸ ਆਪ ਹੀ ਦੇਖ ਸਕਦੇ ਕਿਹੜੀ ਗੱਲ ਤੋਂ ਕਲ ਮਾਰਨਾ ਹੋਊਗਾ ਅੱਛਾ ਠੀਕ ਆ ਤੁਹਾਨੂੰ ਪਤਾ ਲੱਗ ਗਿਆ ਓਕੇ ਮੈਂ ਤੁਹਾਨੂੰ ਛੋਟੇ ਛੋਟੇ ਟ੍ਰਿਕੀ ਕੁਐਸਚਨਸ ਪੁੱਛਣੇ ਆ ਆਈਕਿਊ ਚ ਆਪਣੇ ਆਪ ਨੂੰ ਦੱਸ ਚੋ ਤੁਸੀਂ ਕਿੰਨੇ ਨੰਬਰ ਦਿੰਦੇ ਹੋ 9 ਕੋ ਦੇ ਹੀ ਲਾਂਗੇ 9 ਨੋ ਕੋਈ ਲਾ ਲਓ ਓਕੇ ਉਹ ਕਿਹੜੀ ਚੀਜ਼ ਆ ਜਿਹੜੀ ਹੈਗੀ ਤੁਹਾਡੀ ਆ ਯੂਜ਼ ਬਾਕੀ ਲੋਕ ਕਰਦੇ ਆ ਦਿਲ ਮੇਰਾ ਸਕੂਟਰ ਅੱਛਾ ਦਿਲ ਸਕੂਟਰ ਤਾਂ ਚਲੋ ਮੰਨਿਆ ਦਿਲ ਕਿੱਦਾਂ ਲੋਕੀ ਯੂਜ਼ ਕਰਦੇ ਆ ਓਏ ਉਹ ਦਿਲ ਕਿਹਾ ਤੂੰ ਹਾਂ ਉਹ ਲੈ ਬੱਬੇ ਦਿਲ ਕਿੱਦਾਂ ਦੱਸੋ ਟੁੱਟਿਆ ਸੀਗਾ ਤੈਨ ਸਭ ਕੋਈ ਪਤਾ ਤਾਂ ਆ ਚਲੋ ਕੋਈ ਨਹੀਂ ਦੱਸ ਦੂ ਅੱਜ ਕੀ ਦੱਸੀਏ ਸਾਰਾ ਮੋਰੀ ਤੂੰ ਆਪੇ ਹੀ ਦੱਸ ਦੇ ਨਹੀਂ ਨਹੀਂ ਤੁਸੀਂ ਦੱਸੋ ਬੈਠੋ ਕਦੋਂ ਨਰਸਰੀ ਜੁੱਟੇ ਜੀ ਨਹੀਂ ਇਹ ਹੀ ਆਨਸਰ ਲੋਕ ਮੇਰਾ ਸਕੂਟਰ ਹੈ ਜੀ ਸਕੂਟਰ ਮਤਲਬ ਬਾਈਕ ਕਰ ਲੋ ਮੰਨ ਗਈ ਹਾਂ ਦਿਲ ਦੇ ਜਵਾਬ ਦਿਓ ਕਿਉਂ ਕਿਉਂ ਕਿੱਦਾਂ ਯੂਜ਼ ਕੀਤਾ ਕਿੰਨੇ ਯੂਜ਼ ਕੀਤਾ ਆ ਦੇਖ ਲੋ ਬੈਠਾ ਕਿੰਨੇ ਯੂਜ਼ ਕੀਤਾ ਸਾਲੇ ਕੀ ਕਹਿੰਦੇ ਆ ਚਲ ਮੈਂ ਦਿਲ ਤੇ ਸਕੂਟਰ ਤੁਹਾਡਾ ਲੋਕ ਕਰ ਦਿੰਨੇ ਆ ਅਗਲਾ ਕੁਐਸਚਨ ਆ ਕਿ ਇੱਕ ਪੂਲ ਦੇ ਵਿੱਚ 3 ਮੁੰਡੇ ਜਾਂਦੇ ਆ ਜਦੋਂ ਸਵਿਮਿੰਗ ਕਰਕੇ ਬਾਹਰ ਆਉਂਦੇ ਆ ਇੱਕ ਦੇ ਵਾਲ ਗਿੱਲੇ ਹੁੰਦੇ ਆ ਦੋ ਦੇ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਦੋ ਜਵਾਬ ਇਕੱਠੇ ਇੱਕ ਇੱਕ ਜਵਾਬ ਦੇਣਾ ਕਿ ਇਕੱਠੇ ਦੇ ਸਕਦੇ ਆ ਕੋਈ ਵੀ ਦੇ ਸਕਦਾ ਆਇਆ ਜਵਾਬ ਦੱਸ ਦਿਓ ਮਾਈਕ ਉੱਧਰ ਕਰ ਲੈਣਾ ਟਾਈਮ ਤਾਂ ਨਹੀਂ ਹੈਗਾ ਦਮ ਲੋ
ਸੋਚ ਲਈਏ ਨਾ ਵੀ ਨਹੀਂ ਮੈਂ ਬੈਲੀ ਹੁਣ ਖੜੀ ਰਹੂੰ ਰਹਿਣਾ ਇੱਥੇ ਮੈਂ ਮੇਰੇ ਖਿਆਲ ਨਾਲ ਉਹ ਨਾਤੇ ਇੱਥੇ ਤੱਕ ਹੋਣੇ ਆ ਤਾਂ ਕਰਕੇ ਯਾਦ ਇਹ ਲੋਕ ਕਰ ਦੇ ਦੂਜੀ ਟੋਪੀ ਪਈ ਹੋਣੀ ਆ ਇਹ ਲੋਕ ਕਰਦਾ ਹਾਂਜੀ ਟੋਪੀ ਵਾਲਾ ਤਾਂ ਤੁਹਾਡੇ ਅੱਧੇ ਵਾਲ ਮੈਨੂੰ ਲੱਗਦਾ ਉਹ ਮੱਥੇ ਤੱਕ ਨਾਤੇ ਹੋਣੇ ਆ ਵਾਲਾ ਦੇ ਨਾਤੇ ਨਹੀਂ ਹੋਣੇ ਠੀਕ ਹੈ ਜੀ ਸਿਰ ਨਾਤੇ ਹੋਣੇ ਕੀ ਨਹੀਂ ਲਾਈ ਹੋਣੀ ਉਹਨਾਂ ਮੰਗਲਵਾਰ ਹੋਣਾ ਸ਼ਨੀਵਾਰ ਹੋਣਾ ਜਾਂ ਵੀਰਵਾਰ ਹੋਣਾ ਇਦਾਂ ਆਪਾਂ ਤਾਂ ਨਹੀਂ ਪ੍ਰੇਜ ਕਰੀ ਆਪਾਂ ਤਾਂ ਲਾ ਵੀਰਵਾਰ ਦਿਨ ਨਾ ਪ੍ਰੇਜ ਕਰਦਾ ਠੀਕ ਹੈ ਜੀ ਚਲੋ ਇਹ ਲੋਕ ਕਰ ਦਿੰਨੇ ਆ ਲਾਸਟ ਕੁਐਸਚਨ ਉਹ ਕਿਹੜੀ ਚੀਜ਼ ਆ ਜਦੋਂ ਆਉਂਦੀ ਆ ਤੇ ਲੋਕੀ ਤੁਹਾਨੂੰ ਥੁੱਕਣ ਨੂੰ ਕਹਿੰਦੇ ਆ ਜੇ ਦੁਆਰੇ ਦੱਸਿਓ ਉਹ ਕਿਹੜੀ ਚੀਜ਼ ਆ ਜਦੋਂ ਉਹ ਆਉਂਦੀ ਆ ਤੇ ਲੋਕੀ ਤੁਹਾਨੂੰ ਥੁੱਕਣ ਨੂੰ ਕਹਿੰਦੇ ਕਿਹੜੀ ਚੀਜ਼ ਆ ਜਿਹੜੀ ਸਾਨੂੰ ਆਉਂਦੀ ਆ ਈਗੋ ਈਗੋ ਅੱਛਾ ਈਗੋ ਲੋਕ ਕਰਾਂ ਕਿ ਕੁਝ ਹੋਰ ਕਰ ਦੋ ਲੋਕ ਜੋ ਯਾਦ ਆਇਆ ਇਹਨਾਂ ਦੀ ਈਗੋ ਲੋਕ ਕਰਤੀ ਮੈਂ ਚਲੋ ਈਗੋ ਲੋਕ ਕਰ ਦੋ ਗੰਜੇ ਆ ਉਹ ਇਸ ਵਜ੍ਹਾ ਦੇ ਕਰਕੇ ਬਾਕੀ ਦੋ ਦੇ ਵਾਲ ਗਿੱਲੇ ਹੀ ਨਹੀਂ ਹੁੰਦੇ ਫਿਰ ਮੈਂ ਪੁੱਛਿਆ ਸੀਗਾ ਕਿ ਤੁਹਾਡੀ ਚੀਜ਼ ਆ ਵਰਤਦੇ ਲੋਕੀ ਆ ਉਹ ਹੈਗਾ ਜੀ ਤੁਹਾਡਾ ਨਾਮ ਕਿਹੜੀ ਚੀਜ਼ ਆ ਜਿਹੜੀ ਜਦੋਂ ਆਉਂਦੀ ਆ ਲੋਕੀ ਤੁਹਾਨੂੰ ਥੁੱਕਣ ਨੂੰ ਕਹਿੰਦੇ ਉਹ ਹੈਗਾ ਜੀ ਗੁੱਸਾ ਮੈਨੂੰ ਪਤਾ ਆ ਕਿ ਤੁਸੀਂ ਕਨਫਿਊਜ਼ ਵੀ ਹੋਏ ਹੋਵੋਗੇ ਆ ਕਈਆਂ ਨੇ ਤਾਂ ਗੈਸ ਕਰ ਲਿਆ ਹੋਣਾ ਬਾਕੀ ਹਾਂ ਹੁਣ ਮੈਨੂੰ ਨੀਲਮ ਕੁਈਨ ਨੂੰ ਦੇ ਇਜਾਜ਼ਤ ਤੁਸੀਂ ਦੇ ਦਿਓ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਟੇਕ ਕੇਅਰ ਬਾਏ ਰੱਬ ਰੱਖਾ